ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ, ਪਿੰਡ ਮਹਿਮਾ ਚੱਕ, ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ, ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀ ਗਾਵਾਂ ਦਿਖਾਉਣੀਆਂ। ਆਹ ਹੁਣ ਗੱਲਬਾਤ ਵੀਰ ਜੀ ਉਹਨਾਂ ਨਾਲ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ ਜੀ? ਬਸ ਵਧੀਆ ਵੀਰ ਜੀ, ਠੀਕ ਠਾਕ ਆ। ਚਲੋ ਵਧੀਆ ਚਾਹੀਦਾ ਵਾ। ਤੇ ਵੇਖ ਗਿਆ ਪਹਿਲਾਂ ਮਾਲ? ਫਿਰ ਆਪਾਂ ਜੀ ਵੇਖ ਗਿਆ ਮਾਲ, ਪਹਿਲਾਂ ਵੇਖ ਗਿਆ ਜੋ ਆ ਨਵੀਆਂ ਦੋ ਜਰਸੀਆਂ ਆ ਗਈਆਂ ਹਨਾ। ਹਾਂ ਜੀ, ਆ ਲੇਟ ਹੀ ਪਈ ਹੈ ਵੀਡੀਓ, ਸੋ ਕੋਈ ਮਾਲ ਹੈਗਾ ਹੈ? ਦੋ ਤਿੰਨ ਗਾਵਾਂ ਪਹਿਲਾਂ ਵਛੀਆਂ ਚੰਗੀਆਂ ਵੇਖ ਗਈਆਂ, ਲੱਗ ਲੱਗ ਚੱਲ ਗਈਆਂ ਕਿਤੇ ਪਨਮ ਪਿੰਡ ਉੱਥੇ ਚੱਲ ਗਈ ਆ। ਠੀਕ ਠੀਕ। ਹਾਂ ਜੀ, ਇੱਕ ਭਾਲੋ ਵਾਲੀ ਗਈ ਸੀ, ਠੀਕ ਚੰਗੀਆਂ ਸੀ ਵਛੀਆਂ ਬੀਜੀ ਉਹ। ਠੀਕ ਹੈ। ਆ ਹੁਣ ਦੋ ਵਛੀਆਂ ਸੂਈਆਂ ਵਾ। ਸੂਈਆਂ? ਦੋਵੇਂ ਸੂਈਆਂ? ਦੋਵੇਂ ਸੂਈਆਂ। ਇੱਕ ਤੇ ਤਾਜ਼ੀ ਸੂਈ ਲੱਗਦੀ ਹੈ। ਹਾਂ ਜੀ, ਇਹ ਅੱਜ ਸਾਡੇ ਕ 4-5 ਵਜੇ ਦੇ ਕਰੀਬ ਸਵੇਰੇ ਸੂਈ ਹੋਈ ਹੈ। ਅੱਜ ਸੂਈ ਹੈ। ਹਾਂ ਜੀ, ਠੀਕ ਹੈ। ਨਾਮ ਇੱਕ ਵਾਰੀ ਆਪਣਾ ਦੱਸ ਦੇ। ਨਾਮ ਬਲਵਿੰਦਰ ਸਿੰਘ। ਹਾਂ ਜੀ। ਪਿੰਡ ਰਾਜੇ ਕੀ ਮਹਿਮਾ ਚੱਕ। ਹਾਂ ਜੀ। ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ ਆ ਗਿਆ ਹਨਾ। ਫੋਨ ਨੰਬਰ ਇੱਕ ਵਾਰੀ ਬੋਲ ਦਿਓ। ਫੋਨ ਨੰਬਰ ਹੈਗਾ 99683। ਹਾਂ ਜੀ। 5569। ਦੂਜਾ ਨੰਬਰ ਹੈਗਾ 77-38-11-81। ਠੀਕ ਹੈ ਜੀ। ਤੇ ਆਓ ਫਿਰ ਆਪਾਂ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਜਿਹੜੀ ਹੈ ਤਾਜ਼ੀ ਸੂਈ ਹੈ ਇਹ ਵਿਖਾਵਾਂਗੇ ਆਪਾਂ। ਹਵਾਨਾ ਇਹਦਾ ਕਰੀ ਤੁਹਾਨੂੰ ਲੱਗ ਕੇ ਦਿਖਾ ਦਈਏ। ਚਿਹਰਾ ਵੀ ਇਹਦਾ ਕਾਫੀ ਖੂਬਸੂਰਤ ਹੈ, ਆਹ ਦੇਖ ਸਕਦੇ ਜੀ। ਹਾਂਜੀ ਵੀਰ ਜੀ ਦੱਸੀਏ ਜੀ ਇਹਦੇ ਬਾਰੇ। ਹਾਂ ਹਰਪ੍ਰੀਤ ਜੀ, ਇਹ ਸਵੇਰੇ ਕੋਈ 4-5 ਵਜੇ ਦੇ ਕਰੀਬ ਸੂਈ ਹੈ ਵਛੀ। ਹਾਂਜੀ, ਠੀਕ ਹੈ। ਤੇ ਚਲੋ ਸੂਆ ਕਹਿੰਦੇ ਪਹਿਲਾਂ, ਪਰ ਆਪਾਂ ਇਹਨੂੰ ਦੂਜਾ ਮੰਨ ਕੇ ਚੱਲਦੇ ਹਾਂ ਕਿਉਂਕਿ ਜਵਾਨ ਲੱਗੀ ਹੈ। ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ। ਇਹਦੇ 3-4 ਲੀਟਰ ਬੋਲੀ ਜਿਹੜੀ ਆ ਉਹ ਆਪਾਂ ਚੋਈ ਆ, ਵਛੇ ਨੂੰ ਚੰਗਾਇਆ ਵਾ। ਠੀਕ ਹੈ। ਹਾਂਜੀ, ਤੇ ਕਿੰਨਾ ਕੁ ਦੁੱਧ ਜਿਹੜਾ ਚਵਾਜੂਗੀ? ਦੁੱਧ ਵੇਖੋ ਜਿੰਨਾ ਕਿਹਦਾ ਕੱਦ ਆ। ਹਾਂਜੀ, ਹਿਸਾਬ ਤਾਬ ਨਾਲ ਦੁੱਧ 12 ਲੀਟਰ ਜਿਹੜਾ ਉਹ ਚਵਾਊਗੀ। ਅੱਛਾ, 12 ਲੀਟਰ ਚਵਾ ਦੇਊਗੀ। 12 ਲੀਟਰ ਦੁੱਧ ਚਵਾਊ, ਐਵੇਂ ਕਹਿ ਦਈਏ 15 ਲੀਟਰ ਕੱਢਣਾ ਨੇ, 16 ਲੀਟਰ ਕਹਿਣਾ, ਕੱਢ ਵੀ ਸਕਦੀ ਹੈ ਪਰ ਗਾੜੀ ਸੇਵਾ। ਅੱਛਾ, ਜਿੰਨਾ ਨਾਰਮਲ ਸੇਵਾ ਦੇ ਇੰਨਾ ਕੁ ਕੱਢ ਦੇ। ਸੇਵਾ ਤੇ ਡਿਪੈਂਡ ਆ ਬਾਕੀ ਜੀ। ਠੀਕ ਹੈ। ਹਾਂਜੀ, ਤੇ ਮੁੱਲ ਫਿਰ ਇਹਦਾ? ਮੁੱਲ ਵੀ ਜੀ ਛੋੜਾ ਜਾਈਏ ਦਾ ਕਿੰਨਾ ਕੁ ਹਿਸਾਬ ਦਾ ਹੀ ਕਰ ਦੇਣਾ ਮੁੱਲ, ਹਿਸਾਬ ਦਾ ਹੀ ਕਿੰਨਾ ਕੁ ਹਿਸਾਬ ਦਾ ਲੈਣ ਦੇਣ ਵਾਲੀ ਗੱਲ ਜਿਹੜੀ ਆ। ਹਾਂਜੀ, ਮੁੱਲ ਇਹਦਾ 37,000 ਰੁਪਈਆ। 37,000 ਰੁਪਈਆ ਮਾਨਤਾ ਨੂੰ ਜੋ ਵਿੱਚ ਖੁੱਲਾ ਹੋ ਜਾ ਮਾਨਤਾ ਨੂੰ ਹਿਸਾਬ ਨਾਲ ਹੀ ਹੋਏਗਾ। ਚਲੋ 35,000 ਦੀ ਵਛੀ ਦੇ ਦਾਂਗੇ, ਹਾਂ ਨਾ ਤੇ। ਅੱਛਾ, 35,000 ਦੀ ਦੇ ਦੇ, 200 ਰੁਪਈਆ ਛੋਟ ਕਰ ਦਾਂਗੇ ਵੀਰ ਜੀ। ਠੀਕ ਹੈ ਜੀ, 35,000 ਦੀ ਵੀਰ ਜੀ ਹਣੇ ਕਹਿੰਦੇ ਕਿ ਦੇ ਦੇਵਾਂਗੇ। ਬਾਕੀ ਤਾਜ਼ੀ ਸੂਈ ਅੱਜ ਬੱਚਾ ਕੀ ਆ ਗਿਆ ਵੀਰ ਜੀ? ਇਹਦੇ ਮਗਰ ਵੱਛਾ ਜੀ। ਅੱਛਾ, ਮਗਰ ਵੱਛਾ ਹੈ। ਤਿੰਨ 4 ਲੀਟਰ ਦੇ ਕਰੀਬ ਜਿਹੜਾ ਬੋਲਾ ਵੀਰ ਜੀ ਨੇ ਕਹਿੰਦੇ ਕਿ ਆਪਾਂ ਚੋਇਆ ਹੈ। ਚਿਹਰਾ ਇੱਕ ਵਾਰੀ ਤੁਹਾਨੂੰ ਇਹਦਾ ਦਿਖਾਈਏ, ਚਿਹਰਾ ਕਾਫੀ ਖੂਬਸੂਰਤ ਆ। ਹਾਂਜੀ, ਠੀਕ ਹੈ ਵੀਰ ਜੀ, ਬੰਨਦੇ ਆ ਜੀ। ਬਾਕੀ ਹਵਾਨਾ ਥੱਲੇ ਸੋਹਣਾ ਹੈ ਅਤੇ ਸਣਾਂ ਦਾ ਸਾਈਜ਼ ਵੀ ਚੰਗਾ ਅਤੇ ਗੈਪ ਵੀ ਜਿਹੜਾ ਚੰਗਾ। ਹਾਂ ਦੇਖ ਸਕਦੇ ਸਣਾਂ ਦਾ ਸਾਈਜ਼ ਜਿਹੜਾ ਪਿਆਰਾ ਹੈ। ਚਿਹਰਾ ਵੀ ਤੁਹਾਨੂੰ ਦਿਖਾ ਦਈਏ, ਉਂਝ ਵੀ ਜਿਹੜੀ ਠੰਡੀ ਧੇਰੀ ਆ, ਆਹ ਦੇਖ ਸਕਦੇ ਜੀ, ਜਿਸ ਤਰ੍ਹਾਂ ਮਰਜ਼ੀ ਥੱਲੇ ਬਹਿ ਜਾਓ। ਠੀਕ ਹੈ ਵੀਰ ਜੀ, ਹੁਣ ਦੂਸਰੇ ਨੰਬਰ 'ਤੇ ਇੱਕ ਹੋਰ ਜਰਸੀ ਤੁਹਾਨੂੰ ਦਿਖਾਉਣੀ ਹੈ। ਚਿਹਰਾ ਜਿਹੜਾ ਇਹਦਾ ਵੀ ਸੋਹਣਾ ਹੈ, ਹਵਾਨਾ ਪਿੱਛ ਆਹ ਦੇਖ ਸਕਦੇ ਜੀ ਲਾਗੇ ਤੋਂ। ਹਾਂਜੀ ਵੀਰ ਜੀ, ਕਿੰਨਵਾਂ ਸੂਆ ਸੂਈ ਜੀ? ਵੀਰ ਜੀ ਇਹ ਦੂਜਾ ਸੂਆ ਸੂਈ ਜੋ। ਹਾਂਜੀ, ਇਹਨੂੰ ਅੱਜ ਤੀਜਾ ਦਿਨ ਹੋਇਆ ਸੂਈ ਨੂੰ, ਤੀਸਰਾ ਦਿਨ ਹੋਇਆ ਵਾ। 8 ਲੀਟਰ ਇਹਦੇ ਥੱਲੇ ਬੋਲੀ ਆ। ਅੱਛਾ, 8 ਲੀਟਰ ਬੋਲੀ ਆ, 8 ਲੀਟਰ ਬੋਲੀ ਆ ਜੀ। ਦੇ ਕਿੰਨਾ ਕੁ ਚਵਾਜੂਗੀ? ਵੇਖੋ ਇਹ ਵੀ ਇਹਨਾਂ ਦੇ ਹਰਪ੍ਰੀਤ ਜੀ ਚਵਾਏਗੀ। ਅੱਛਾ, 12 ਲੀਟਰ 12 ਲੀਟਰ ਦੇ ਕਰੀਬ ਚਵਾਏਗੀ। ਤੇ ਬੱਚਾ ਕੀ ਆ ਗਿਆ ਇਹਦੇ ਮਗਰ? ਬੱਚਾ ਇਹਦੇ ਮਗਰ ਵੱਛਾ ਜੀ। ਅੱਛਾ, ਇਹਦੇ ਮਗਰ ਵੀ ਵੱਛਾ ਹੀ ਆ। ਹਾਂਜੀ, ਤੇ ਚਵਾਚੂ ਓਕੇ ਹੀ ਆ ਦੋਵਾਂ ਦੇ? ਹਾਂਜੀ, ਚਵਾਚੂ ਦੋਵਾਂ ਦੇ ਓਕੇ ਆ, ਵਧੀਆ ਠੀਕ ਆ। ਅੱਛਾ ਜੀ, ਥਾਣਾ ਦੇ ਕੋਈ ਵਾਦ ਘਾਟ ਤੇ ਨਹੀਂ? ਦੇਖੋ ਜਦੋਂ ਇਹ ਸੂਈਆਂ ਨੇ, ਹਾਂਜੀ, ਜਿਹਨੇ ਕਿ ਭੈਣ ਭਰਾ ਨੇ ਡੰਗਰ ਲੈਣਾ ਵਾ, ਹਾਂਜੀ ਹਾਂਜੀ, ਉਹ ਇੱਥੇ ਆਣ ਕੇ ਤੇ ਆਪਣੇ ਚੋ ਚਵਾ ਕੇ ਡੰਗਰ ਨੂੰ ਤੇ ਫੇਰ ਖੜੇ ਬੈਠੇ। ਹਾਂਜੀ ਹਾਂਜੀ, ਜੇ ਕਿਸੇ ਵੀਰ ਨੇ ਆਨਲਾਈਨ ਚਵਾਉਣਾ ਵਾ ਉਹ ਵੀ ਦੋ ਟਾਈਮ ਸਾਡੇ ਕੋਲ, ਦੋ ਛੱਡ ਕੇ ਤਿੰਨ ਵੀ ਚਵਾ ਸਕਦਾ ਵਾ ਜੇ ਕੋਈ ਕਿਸੇ ਦੇ ਮਨ ਸਾਈ ਪਾ ਦੇ ਤੇ ਆਪਣੀ ਚਵਾਈ ਕਰਾ ਲੇ। ਦੋ ਟਾਈਮ ਚਵਾ ਲੇ, ਤਿੰਨ ਟਾਈਮ ਚਵਾ ਦੇ, ਕੋਈ ਆਪਾਂ ਨੂੰ ਇਹ ਨਹੀਂ, ਜਿੱਦਾਂ ਦਾ ਵੀ ਡੰਗਰ ਹੋਏਗਾ ਉਸ ਵੀਡੀਓ ਤੇ ਸਭ ਕੁਝ ਪਤਾ ਲੱਗ ਜਾਂਦਾ ਆ। ਹਾਂਜੀ ਹਾਂਜੀ, ਕਿੱਦਾਂ ਦਾ ਡੰਗਰ ਹੈ ਤੇ ਕਿੱਦਾਂ ਦਾ। ਹਾਂਜੀ ਹਾਂਜੀ, ਠੀਕ ਹੈ, ਲਿਆ ਫਿਰ ਖੋਲੋ ਤੋਰੀਏ ਕਰੀ ਇਹਨੂੰ ਵੀ। ਹਵਾਨਾ ਜਿਹੜਾ ਇਹਦਾ ਵੀ ਤੁਹਾਨੂੰ ਇੱਕ ਵਾਰੀ ਲਾਗੇ ਤੋਂ ਦਿਖਾ ਦਈਏ ਤੋੜ ਕੇ, ਤੇ ਫਿਰ ਜਿਹੜਾ ਇਹਦਾ ਮੁੱਲ ਆਪਾਂ ਵੀਰ ਜੀ ਹੋਣਾ ਤਾਂ ਪੁੱਛਾਂਗੇ। ਹਾਂਜੀ ਠੀਕ ਹੈ ਵੀਰ ਜੀ, ਬੰਨ ਦਿਓ ਜੀ। ਸੋਹਣੀਆਂ ਵਾ ਦੋਵੇਂ ਜਰਸੀਆਂ।
हाँ जी वीर जी फिर मोला पर भी दस दिए जी, मोला हरप्रीत जी एदा भी 37,000 ही, एदा भी 37,000 ही। हाँ जी हाँ जी, तो यह भी 35 दे दो, 35 दी दांगे जी। जे कोई जोड़ा कोई वीर खड़ूगा मानतन कर, खड़ूगा तो फिर तो मानतन हो जूगा जी। अच्छा जी हाँ जी हाँ जी, ठीक है वीर जी। और कुछ कहना जी फिर? और एदा बेनती है जी, आ जेडे कई वीर मेरे भैन भरा हुंदे आ, हाँ जी, ते और ਪਈਆ 500-700 ਸਾਈ ਦੇ ਕੇ, ਹਾਂਜੀ, ਤੇ ਮੁੜ ਕੇ ਕਹਿ ਦਿੰਦੇ ਆ ਜੀ ਸਾਡੇ ਕੋਲ ਪੈਸੇ ਨਹੀਂ ਗੇ ਬਣੇ ਹੈਗੇ। ਉਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹਦਾ ਮਾੜਾ ਮੋਟਾ ਕੋਈ ਕਾਰੋਬਾਰ ਚੱਲਣ ਡਿਆ ਉਹਦਾ ਕਾਰੋਬਾਰ ਨਾ ਥੱਪ ਕਰੋ, ਕਿਉਂਕਿ ਜੇ ਪੈਸੇ ਹੈਗੇ ਆ ਤੇ ਮਾਲ ਕਿਸੇ ਦਾ ਸਾਈ ਦਿਓ, ਜੇ ਨਹੀਂ ਪੈਸੇ ਕੋਲ ਹੈਗੇ ਤੇ ਉਹ ਮੇਰੇ ਵੀਰ ਸਾਈ ਨਾ ਦੇਣ, ਕਿਉਂਕਿ ਇੱਦਾਂ ਡੰਗਰ ਖਰਾਬ ਹੁੰਦਾ ਵਾ, ਕਿਉਂਕਿ ਇਸ ਕਰਕੇ ਆ। ਚਲੋ ਮਾਨਿਆ ਮਜਬੂਰੀਆਂ ਹੋ ਜਾਂਦੀਆਂ, ਪੈਸੇ ਨਹੀਂ ਕਿਸੇ ਵੇਲੇ ਬਣਦੇ, ਪਰ ਚਲੋ ਫੇਰ ਵੀ ਆਪਣੀ ਹੱਥ ਜੋੜ ਕੇ ਬੇਨਤੀ ਆ ਕਿ ਥੋੜਾ ਕਿਸੇ ਦਾ ਡੰਗਰ ਨਾ ਖਰਾਬ ਕਰਿਆ ਕਰੋ, ਇਦਾਂ ਫਿਰ ਜਾਣਾ ਤੁਹਾਡੀ ਵੀ ਰਕਮ ਰੁਕ ਜਾਂਦੀ ਸਾਰੀ, ਫਿਰ ਇਤੋਂ ਗਾਂ ਅੱਗੇ ਚੱਲਣਾ ਹੁੰਦਾ ਕੰਮ। ਇਦਾਂ ਇੱਕ ਦੋ ਭੈਣ ਭਰਾ ਇਧਰਾਂ ਘੁੰਮਣ ਕਲਾਂ ਤੋਂ ਆਏ ਸੀ, ਹਾਂਜੀ, ਉਹ ਇਦਾਂ ਇੱਕ ਦਿਨ ਵਸੀ, ਚਲੋ ਵਸੀ ਵੇਗੀ ਆ ਫੇਰ ਚੰਗੀ ਵੇਗੀ ਆ, ਹਾਂਜੀ, ਪਰ ਇਹ ਆ ਕਿ ਫਿਰ ਇਦਾਂ ਆਖੀਦਾ ਹੁਣ ਘੁੰਮਣ ਪਾਤਸ਼ਾਹ ਦੇ ਦਰ ਤੋਂ ਆਏ ਸੀ ਆਪਾਂ, ਉਹਨਾਂ ਕੋਲ ਲੈਣ ਦੇਣ ਵਾਲੀ ਸਭ ਕੁਝ ਕਰਦੇ ਆ ਗੱਲ, ਹਾਂਜੀ, ਦੋ ਤਿੰਨ ਦਿਨ ਇਦਾਂ ਹੀ ਇੱਕ ਵੀਰ ਨੇ ਕਹਿੰਦਾ ਜੇ ਇਹਨਾਂ ਨੇ ਵਸੀ ਲਈ ਤੇ ਮੈਂ ਵਸੀ ਲੈ ਲਾਂਗਾ, ਪਰ ਚਲੋ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਘੁੰਮਣ ਪਾਤਸ਼ਾਹ ਨੂੰ ਆਪਾਂ ਬਹੁਤ ਜ਼ਿਆਦਾ ਮੰਨਦੇ ਹਾਂ, ਹਾਂਜੀ, ਤੇ ਉਹਦੇ ਦਰ ਤੋਂ ਆਏ ਸੀ, ਪਰ ਉਹਨਾਂ ਦੇ ਪੈਰਾਂ ਪਿੱਛੇ ਫੇਰ ਸਾਨੂੰ ਕੋਈ ਰੋਟੀ ਪਾਣੀ ਮਿਲ ਗਿਆ ਵਾ, ਠੀਕ ਹੈ ਜੀ। ਪਰ ਆਪਾਂ ਇਹ ਕਹਿੰਦੇ ਵੀ ਚਲੋ ਕਿਸੇ ਦਾ ਡੰਗਰ ਨਾ ਖਰਾਬ ਕਰਿਆ ਕਰੋ, ਇਹ ਵੀਰ ਜੀ ਬਾਰ ਬਾਰ ਆਪਣੀ ਬੇਨਤੀ ਆ ਵੀ ਕਿਸੇ ਦਾ ਡੰਗਰ ਵੇਖਣ ਦਿਆ ਕਰੋ, ਤੇ 500-700 ਸਾਈ ਦੇ ਕੇ ਡੰਗਰ ਨਾ ਕਿਸੇ ਦਾ ਬੰਨਿਆ ਕਰੋ, ਪੈਸੇ ਹੈਗੇ ਆ ਤੇ ਡੰਗਰ ਦਾ ਮਤਲਬ ਮੁੱਲ ਕਰਨਾ ਚਾਹੀਦਾ, ਸਾਈ ਕਰਨੀ ਚਾਹੀਦੀ। ਹਾਂਜੀ ਠੀਕ ਹੈ। ਹੋਰ ਸਾਹਿਬ ਜਿੰਨੇ ਭੈਣ ਭਰਾ ਦੇਸ਼ ਦੇਸ਼ ਵੱਸਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਆਪਾਂ ਜਿਹੜੇ ਦੋ ਵੀਰ ਜੀ ਹੁਣ ਵਕਾਊ ਕੀਤੇ, ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਤੇ ਫਿਰ ਆਪਣਾ ਪਸ਼ੂ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।